वेलकम बैक टू अनदर वीडियो। सो गाइस भाई आपका आ गया एक और वीडियो लेके, और गाइस हमारे घर में देखो क्या रोलर अपर डाला हुआ है। उसका रीजन ये है कि गाइस ये देखो जरा मम्मी, यहाँ देखो ये तो नवी टी शर्ट ही बिल्कुल, एक बार पाई देखो ये कि दाग लगी है यार, मशीने नहीं दो। देखो ये तो बिल्कुल फ्रेश टी शर्ट है यार गाइस, ये बड़ा पंगा यार, वाइट कपड़े बंदा ले लंदा। देखो इधर सिर्फ एक बार पाई है, दोबारा यार जल धोने बाद इसी दाग बड़े लगते जो रेडो तो वो बड़ा पंगा है। तो चलो छोड़ो, तो गाइस आज हमारे घर में है देवताओं का जो खारका देते हैं, तो चलो आपको लेके चलते किचन में, देखो क्या तैयारियां चल रही हैं। चले चलो गाइस, हूँ आइए पहले दादी माँ को, माँ जय माता जी। तो हूँ पहले मैं ये सुनाओ, जेड़ा अस अज घर च बना रहे हैं खारका, जेड़ा खारका मतलब देना, ये खारका होंदा की चीज है? ये छे छे महीने जेल्ले साड़ा नवें पराना दाना कणक आई जी, मक्क मुंजी आई जी, फिर पहले देवतें कर पहले अंदर देवतें का नाम कड़ना, तो बाद में आप चखना। ਮਤਲਬ ਖਰਕਾ ਇਹ ਚੀਜ਼ ਹੋਏਗਾ ਜੀ, ਜਿਲ੍ਹਾ ਨਵਾਂ ਪੁਰਾਣਾ ਸਾਡਾ ਕੁਛ ਵੀ ਹੁੰਦਾ, ਫਸਲ ਹੁੰਦੀ ਹੈ ਤਾਂ ਉਹ ਪਹਿਲਾਂ ਦੇਵੀ ਦੇਵਤੇ ਅਸ ਕੱਢਣੇ ਹੁੰਦੇ ਨਾਂ ਦਾ, ਫਿਰ ਅਸ ਚੱਖਣੇ ਆ। ਤਾਂ ਮਾਂ ਜਿਹੜਾ ਖਾਰਕਾ ਹੁੰਦਾ ਫਿਰ ਇਹ ਜਿਹੜਾ ਕੱਢਣਾ ਇਹ ਕੁਛ ਹੀ ਦੇਣਾ ਹੁੰਦਾ? ਧਿਆਨ ਹੀ ਸਾਰਾ ਧਿਆਨ ਗੱਲ, ਧਿਆਨ ਮਤਲਬ ਭੈਣ ਭਰਾ, ਧਿਆਨ ਕੁੜੀ ਬੋਈ ਦੀ, ਵਿਆਹੀ ਦੀ ਆਪਣੀ ਲੜਕੀ ਬੋਈ ਦੀ, ਤੇ ਕੰਨਾ ਭੈਣ ਭਰਾ ਹੁੰਦਾ, ਭੈਣ ਭਰਾ ਘਰਾ ਦੇਈ ਉੜਾ, ਅੱਛਾ ਕੁਸਾ ਦਾ ਵਿਹੜੇ ਮਹੱਲਿਆ ਦੇਈ ਉੜਾ, ਅਸ ਗਏ ਘਰਾਂ ਦੇਈ ਉੱਡਿਆ ਭੈਣ ਭਰਾ ਉਦਾ, ਉਹ ਕੁੜੀਆਂ ਕਰਦੀਆਂ ਸਾਡਾ ਦੇਈ ਉੱਡੀਆਂ ਭੈਣ, ਫਿਰ ਵੀ ਥੋੜੀ ਬਹੁਤੀ ਨੌਲੇਜ ਹੋਣੀ ਹੈ, ਬਾਹਰ ਸਿਟੀ ਵਾਲੀ ਸਾਈਡ ਭਲਿਆਂ ਗਿਆ ਬਿਲਕੁਲ ਨਹੀਂ ਪਤਾ, ਲੇਕਿਨ ਬੱਚੇ ਇਹ ਚੀਜ਼ਾਂ ਵੀ ਦੱਸਣੀਆਂ ਕਿ ਇਨ ਫਿਊਚਰ ਜਿੰਨਾ ਵੀ ਕੋਈ ਫਸਲ ਆਵੇ ਇਹ ਦਾਣੇ ਪੱਕਾ ਜਿਹੜਾ ਵੀ ਹੁੰਦਾ ਨਵਾਂ ਆਪੇ ਖਾਣ ਤੋਂ ਪਹਿਲਾਂ ਅਸੀਂ ਦੇਵਤੇ ਨਾਲ ਕੱਢਣਾ। ਤੇ ਚਲੋ ਤੁਸੀਂ ਦੱਸਣਾ ਕਿਚਨ ਵਿੱਚ, ਇੱਧਰ ਦੇਖੋ ਭਾਈ ਪਹੁੰਚ ਚੁੱਕਾ ਹੈ ਕਿਚਨ ਮੇਂ, ਗਾਈਜ਼ ਆਪਕਾ ਭਾਈ ਕਿਚਨ ਮੇਂ ਆ ਗਿਆ, ਔਰ ਦੇਖੋ ਇਧਰ ਅੱਜ ਫੌਜੀ ਸਾਹਿਬ ਨਹੀਂ ਮੰਨਣਾ ਕਰਦੇ, ਪਿੰਡੂ ਤੁਸੀਂ ਮੀਂਹ ਲੱਗਾ, ਪਿੰਡੂ ਲੱਗਾ ਹੀ ਆ ਲੰਗਰਾਂ ਚੇਤਾ ਆਈ ਆ, ਪਿੰਡੂ ਉੱਥੇ ਲੰਗਰਾਂ ਪੂੜੀ ਮੰਗਾਉਂਦਾ ਹੁੰਦਾ। ਤਾਂ ਗਾਈ ਦੇਖੋ ਹਮਾਰੇ ਦੇਵਤੋਂ ਕੀ ਰੋਟੀ ਬਣ ਰਹੀ ਹੈ, ਦੇਖੋ ਇਹ ਪੂੜੀਆਂ ਪੱਕ ਰਹੀਆਂ, ਮਿੱਠੀ ਮਿੱਠੀ ਹੁੰਦੀ ਨਾ ਇਹ ਮਿੱਠੀਆਂ, ਹਾਂ ਪਿੰਟੀ ਦਾ ਪੂਰਾ ਪਤਾ ਨਾ, ਲੰਗਰੇ ਬੜੇ ਦਿਨ ਲੱਗਦੇ ਨੇ ਵੇ, ਜਿਲ੍ਹਾ ਰੰਗੂਟੀ ਹੁੰਦੀ ਨੀ ਤਾਂ ਪਹਿਲਾਂ ਕਈ ਰੰਗੂਟੇ ਲੰਗਰਾਂ 'ਚ ਵੀ ਡਿਊਟੀ ਲੱਗਦੀ, ਤਾਂ ਪਿੰਡ ਉਹਨਾਂ ਬਾਚੂ ਲਵਾਈ ਦੀ, ਆਖਾ ਛੜੀ ਮਲਾਈ ਖਾਧੀ ਮੈਂ, ਹੈ ਹਾਂ ਤੂੰ ਗਈ ਹੈ ਤਾਂ ਗਾਇਜ਼ ਦੇਖੋ ਯਹਾਂ ਖਾਣਾ ਬਣ ਰਿਹਾ, ਦੇਖੋ ਉੱਧਰ ਪੂੜੀਆਂ ਪਹਿਲਾਂ ਹੀ ਇੱਧਰ ਪੂੜੀਆਂ ਨਿਕਲਾਂ, ਵਾਹ ਯਾਰ ਕਿਆ ਬਾਤ ਹੈ ਗਾਇਜ਼, ਇੱਧਰ ਦੇਖੋ ਗਾਇਜ਼ ਅੱਜ ਦਾ ਰੌਣਕਾਂ ਲੱਗੀ ਨੀ, ਗੋਰਾ ਬੁੱਲੇ ਮੇਰੇ ਦੋ ਬੰਦੇ ਲੱਗੇ ਦੇ, ਮੈਂ ਹੁੰਦਾ ਵੀਡੀਓਗ੍ਰਾਫਰ, ਤੇ ਚਲੋ ਤੁਹਾਡਾ ਕੰਮ ਬਣਾਉਣਾ, ਮੇਰਾ ਕੰਮ ਹੈ ਪੂੜੀਆਂ ਡਿਲੀਵਰ ਕਰਾਉਣਾ, ਤੇ ਚਲੋ ਜਲਦੀ ਬਣਾਓ। ਮਾਂ ਦੇਖੋ ਹਾਂ ਸਹੀ ਬਣਾਏ ਜਾਂ ਨਹੀਂ ਬਣਾਏ, ਸ਼ੈਲ ਨਾ ਕੋਈ ਕਮੀ ਪੇਸ਼ੀ ਦਿਖ ਲਓ, ਪੂਰਾ ਚੈੱਕ ਕਰਨਾ ਹੈ ਪੂਰਾ ਸਿਸਟਮ। ਹਮਾਰੀ ਮੰਮੀ ਵੀ ਆ ਗਈ ਕਿਚਨ ਮੇਂ, ਕਿਚਨ ਵਿੱਚ ਤਾਂ ਹੋਈ ਹੈ ਰਸ਼, ਮੰਮੀ ਇੱਧਰ ਦੇਖੋ ਪਹਿਲਾਂ ਇਹ ਪਿੰਟੂ ਮੰਮੀ ਗਲਤ ਕਰ ਲਏ, ਕਿਚਨ ਦੇ ਚੱਪਲ ਅਸੀਂ ਸੁਣਾਇਆ ਕਿੰਨੇ ਵਾਰ ਨਹੀਂ ਆਉਣੀ, ਮੰਮੀ ਪਹਿਲਾਂ ਤੁਸੀਂ ਸੁਣਾਓ ਅੱਜ ਦੇ ਦਿਨ ਵਾਸਤੇ ਕੀ ਬੋਲ ਗਿਆ, ਤੁਸੀਂ ਕਿੰਨੀ ਖੁਸ਼ੀ ਆ ਬਈ, ਐਕਸਾਈਟਮੈਂਟ ਬੜੀ ਆ, ਤੁਸੀਂ ਕੀ ਚੱਕਰ ਹੈ? ਹਾਂ ਅੱਛਾ ਅੱਜ ਮਤਲਬ ਨਾ ਤਾਂ ਵਿਚਾਰੇ ਦੇਵਤਿਆਂ ਹੁੰਦਾ ਲਈ ਖਾਣਾ ਤਾਂ ਹੀ ਹੁੰਦਾ,
ਲੇਕਿਨ ਅੱਜ ਕੇ ਕੇ ਬਣਾਉਣਾ ਕੇ ਕੇ ਹੁੰਦਾ ਅੱਜ ਦੇ ਦਿਨ ਬਣਾਉਂਦੇ ਬੜਾ ਕੁਛ ਨਾ ਜੇ ਜੋੜ ਪੁੱਜੀ ਜਾਂਦਾ ਜੇ ਨਹੀਂ ਬੋਜਾਂਦੇ ਫਿਰ ਸੁੱਕਾ ਮਨਸੀ ਆਏ ਲੈ ਹਾਂ ਤੇ ਅੱਛਾ ਇਹ ਮਤਲਬ ਇਹਨੇ ਇੰਨੇ ਭਜਾਈ ਨਾ ਜੇ ਜੋੜ ਇੱਥੇ ਆਈ ਜਾਣ ਮਤਲਬ ਜਿਵੇਂ ਸਾਡੀ ਬੂਜੀਆਂ ਆਈ ਸਕਦੀਆਂ ਜਾਂ ਰੂਹੀ ਆਈ ਸਕਦੀ ਆ ਪ੍ਰਿੰਕਾ ਆਈ ਸਕਦੀ ਆ ਅਗਰ ਉਹ ਆਈ ਜਾਣ ਤਾਂ ਉਹਨੇ ਇੱਥੇ ਬਣਾਈਏ ਖਿਲਾਉਣਾ ਤੇ ਜੇ ਉਹ ਨਹੀਂ ਆਉਂਦਾ ਇਹ ਆਟਾ ਆਉਣੀ ਇਹ ਸਾਰੀ ਚੀਜ਼ਾਂ ਮਰੂੰਡੇ ਕਿਉਂ ਹੁੰਦੇ ਬਣਾਈ ਉੱਡੇ ਤੁਸੀਂ ਗਾਈ ਤੁਸੀਂ ਅੱਜ ਸਾਹਿਬ ਕੇ ਦੱਸਣਾ ਉਹ ਹੋ ਇੱਧਰ ਮਰੂੰਡੇ ਕਮੈਂਟ ਕਰਕੇ ਜ਼ਰੂਰ ਦੱਸਣਾ ਆਪਕੇ ਸਾਥ ਯੇ ਛੋਟੀ ਛੋਟੀ ਵੀਡੀਓ ਯੇ ਸਭ ਚੀਜ਼ੇ ਸ਼ੇਅਰ ਕਰਤੇ ਹੈ ਕਿ ਆਪਕੇ ਘਰ ਮੇ ਵੀ ਯੇ ਸਭ ਚੀਜ਼ੇ ਹੋਤੀ ਹੋਗੀ ਆਪ ਰਿਲੇਟ ਕਰਤੇ ਹੋਗੇ ਆਪਕੋ ਇੱਕ ਵੀਡੀਓ ਨਹੀਂ ਅੱਜਕੱਲ ਦੋ ਵੀਡੀਓ ਡਾਲ ਰਹੇ ਹੋ ਆਪਨੇ ਇਸ ਵੀਡੀਓ ਕੋ ਸ਼ੇਅਰ ਕਰਨਾ ਹੈ ਕੈਸੇ ਸ਼ੇਅਰ ਕਰਨਾ ਹੈ ਜੈਸੇ ਆਪਕਾ ਭਾਈ ਵੀਡੀਓ ਬਣਾ ਰਹਾ ਹੋਗਾ ਤੋ ਕਿਆ ਆਪ ਸ਼ੇਅਰ ਨਹੀਂ ਕਰੋਗੇ ਕਰੋਗੇ ਨਾ ਇਸ ਲਈ ਆਪ ਐਜ਼ ਆ ਬ੍ਰਦਰ ਸਮਝ ਕੇ ਵੀਡੀਓ ਕੋ ਸ਼ੇਅਰ ਕੀਆ ਕਰੋ ਸਬਕੇ ਸਾਥ ਸ਼ੇਅਰ ਕੀਆ ਕਰੋ ਸਟੇਟਸ ਲਗਾਇਆ ਕਰੋ ਸਬਕੋ ਗਰੁੱਪ ਮੇ ਡਾਲਾ ਕਰੋ ਤਾਂ ਕਿ ਵੋ ਸਭ ਵੀ ਵੀਡੀਓ ਦੇਖੇ ਔਰ ਹਮੇ ਐਸੇ ਚੈਨਲ ਪੇ ਪਿਆਰ ਦੋ ਤਭੀ ਤੋ ਮੈਂ ਦੋ ਦੋ ਵੀਡੀਓ ਬਣਾਉਂਗਾ ਆਪਕੇ ਲਈ ਤਭੀ ਤੋ ਇਤਨੇ ਜ਼ਿਆਦਾ ਮਿਹਨਤ ਕਰ ਰਹਾ ਹੂੰ ਤੋ ਯਹਾਂ ਹਮਾਰੀ ਫੈਮਿਲੀ ਦੇਖੋ ਲਗਾਤਾਰ ਲੱਗੀ ਹੋਈ ਹੈ ਲਗਾਤਾਰ ਮਿਸ਼ਨ ਚੱਲ ਰਿਹਾ ਅਭੀ ਦੇਵਤੋਂ ਕੀ ਕਾਰਵਾਈ ਸਟਾਰਟ ਹੋ ਗਈ ਹੈ ਇਹ ਦੇਖੋ ਸਾਰੇ ਕੈਸੇ ਬੈਠੇ ਹੋਏ ਹੈ ਔਰ ਯਹਾਂ ਦੇਖੋ ਮੰਮਾ ਲੱਡੂ ਗੋਪਾਲ ਕੋਈ ਭੋਗ ਲਗਾ ਰਹੀ ਇੱਧਰ ਹੀ ਮੱਥਾ ਟੇਕ ਰਹੀ ਇਹ ਦੇਖੋ ਕਹਾਂ ਜਾ ਰਹੇ ਅਭੀ ਬੀਚ ਮੇਂ ਫੋਨ ਆਇਆ ਹੋਰ ਆ ਕੇ ਮੰਮੀ ਪਾਪਾ ਆਏ ਹੈ ਸ਼ਨੀ ਮੰਦਿਰ ਤੱਕ ਉਨਸੇ ਮਿਲਣੇ ਜਾ ਰਹੇ ਐਂਡ ਫਿਰ ਕਾਰਵਾਈ ਕਰੇਂਗੇ ਦੇਵਤੋ ਕੀ ਮੰਮਾ ਉਹਦੇ 5 ਮਿੰਟ ਲੱਗੇਗੇ ਅਭੀ ਪਤਾ ਨਹੀਂ ਕਿਆ ਬਣਾਉਣਾ ਤਬ ਤੱਕ ਹਮ ਹੋ ਕੇ ਆ ਜਾਏਂਗੇ ਜੈ ਮਾਤਾ ਦੀ ਤੁਸੀਂ 2 ਮਿੰਟ ਐਸੇ ਰੈਸਟ ਨਹੀਂ ਹੁੰਦੇ ਨਹੀਂ ਤੁਸੀਂ ਕਾਲੇ ਭਾਈ ਰੱਖਿਆ ਤਾਂ ਇਹ ਹੈ ਹਮਾਰਾ ਸ਼ਨੀ ਧਾਮ ਔਰ ਯਹਾਂ ਪੇ ਮਿਲਣੇ ਕਾ ਅੱਡਾ ਹਮਾਰਾ ਮੇਨ ਚਲੋ ਬਾਏ ਬਾਏ ਕਰ ਦੋ ਅਭੀ ਪਾਪਾ ਜੀ ਠੀਕ ਹੈ ਸਰ ਜੈ ਮਾਤਾ ਜੀ ਸਾਡੇ ਯੂਟਿਊਬ ਫੈਮਿਲੀ ਕੋਈ ਆਸ਼ੀਰਵਾਦ ਦੇ ਦਿਓ ਕਰੋ ਯੂਟਿਊਬ ਸਾਰਾ ਸ਼੍ਰੀਵਾਦ ਮੇਰਾ ਸਾਰੇ ਜਿਹੜੇ ਵੀ ਸਬਸਕ੍ਰਾਈਬਰ ਨਾਉਣਾ ਹੈ ਕਰੋ ਸ਼ੇਅਰ ਅਸੀਂ ਜ਼ਿਆਦਾ ਕੋਲ ਜ਼ਿਆਦਾ ਅੱਜ ਕੱਲ੍ਹ ਪਾਪਾ ਜੀ ਦੋ ਦੋ ਵੀਡੀਓ ਨਹੀਂ ਆਵਾਈਆਂ ਹਾਂਜੀ ਅੱਜ ਕੱਲ੍ਹ ਦੋ ਵੀਡੀਓ ਆਵਾਈਆਂ ਹਾਂ ਦੋ ਦੋ ਆਵਾਈਆਂ ਨਾ ਮਿਹਨਤ ਕਰਾਂ ਨਹੀਂ ਤੇ ਇਹਦਾ ਵੀ ਕੰਮ ਹੈ ਮਿਹਨਤ ਕਰਨਾ ਸ਼ੇਅਰ ਕਰਨਾ ਜਿਹੜਾ ਵੀ ਹੈ ਸਾਰੇ ਰਾਮ ਰਾਮ ਔਰ ਸਾਧੂਵਾਦ ਸਾਧੂਵਾਦ ਜੈ ਸ਼ਨੀ ਦੇਵ ਚਲੇ ਗੋਰਾ ਚਲੋ ਫਿਰ ਓਹੋ ਲਿਪਸਟਿਕ ਕੇ ਟੈਗ ਦੇ ਗਾਇਸ ਤਾਂ ਦੇਖੋ ਗੋਲਡ ਉੱਪਰ ਪੂਰੀ ਸੈਰ ਕਰਾ ਕਰਦੇ ਆ ਔਰ ਗੋਰੋ ਕੋ ਪੁੱਛੋ ਗੋਰਾ ਕਿਵੇਂ ਲੱਗਾ ਮਮਾ ਵਾਪਸ ਮਿਲ ਗਿਆ ਮਤਲਬ ਇੱਕਦਮ ਫਰੈਸ਼ ਹੋ ਗਈ ਹੈ ਦਿਲ ਖੁਸ਼ ਹੋ ਗਿਆ 2 ਮਿੰਟ ਗੋਰਾ ਇੰਨਾ ਹੁੰਦਾ ਧੁੱਪ ਦੇਖੀ ਬਾਹਰ ਕਿੰਨੀ ਹੈ ਬੁੱਢੀਆ ਕਹੇ ਮੇਰਾ ਮੇਕਅਪ ਉਤਰੀ ਆ ਮੈਂ ਚਲੋ ਚਲ ਜਿੰਦੇ ਯਾਰ ਕਿਆ ਮਜ਼ਾ ਆ ਗਿਆ ਇਹ ਦੇਖੋ ਆਪਣੀ ਸਕਾਰਪੀਓ ਲੱਗੀ ਦੋਸਤ ਭਰਾ ਦੀ ਹੋਣੀ ਕੋਈ ਨਹੀਂ ਸਕਾਰਪੀਓ ਚਲਾਉਣੇ ਮਜ਼ਾ ਬੜਾ ਚਲੋ ਹੁਣ ਚੱਲੇ ਸਿੱਧੇ ਅੰਦਰ ਦੇਵਤੇ ਦੀ ਕਾਰਵਾਈ ਕਰ ਲੈਂਦਾ ਜੈ ਸ਼੍ਰੀ ਰਾਮ ਦੋ ਮਿੰਟ ਬੀਚ ਮੇ ਟਾਈਮ ਲਿਆ ਥਾ ਜਾਣੇ ਕਾ ਇਹ ਦੇਖੋ ਬੜੇ ਧੁੱਪ ਲੱਗੇ ਹੋ ਰਹੇ ਨੇ ਇਹ ਦੇਖੋ ਪਹੁੰਚ ਵੀ ਗਏ ਟਾਈਮ ਸੇ ਹਮ ਉਹ
ਤੇਰਾ 6 ਮਹੀਨੇ ਦਾ ਕਾਰਗਾ ਬਣਿਆ ਧਿਆਨੀ ਤੇਰਾ ਹਾਂ ਪੁੱਜੀਆਂ ਨਹੀਂ ਆਣੀ ਸਹੀ ਇਹ ਜੋੜ ਸੁੱਖੇ ਵੀ ਭਾਈ ਦੋਹਰੇ ਦੇਣ ਛੇ ਮਹੀਨੇ ਜਿਹੜਾ ਹੋਈ ਇਹ ਬੈਠੀ ਆ ਕਿ ਚੰਡੀ ਹੈ ਸਾਰੀ ਜਾਇਦਾਦ ਸਹੀ ਸਮਾਨ ਲਾਇਓ ਜਿੱਥੋਂ ਭੁੱਲ ਬੋਥੋ ਤੋ ਸਮਾਨ ਕਰਿਓ ਅਸ ਭੁੱਲਾਂ ਕਰਨੇ ਆ ਤੋ ਸਮਾਨ ਦੇ ਥੋੜ੍ਹਾ ਪਾਣੀ ਦੇ ਥੋੜ੍ਹਾ ਜਿਹਾ ਇਹ ਚੰਗਾ ਘਰ ਤਾਂ ਇਹ ਬੱਬਲੀਆਂ ਧਿਆਨੀ ਦੀਆਂ ਬਾਬੇ ਦੀਆਂ ਭੈਣ ਭਰਾ ਦੀਆਂ ਕੰਜਕਾਂ ਦੀਆਂ ਜਿੱਥੋਂ ਭੁੱਲ ਦੇ ਹੁੰਦੇ ਤੂੰ ਮੀਂਹ ਬਚਣਾ ਸਾਰੇ ਜੀ ਭੁੱਲ ਜਾਂਦੇ ਆਸ ਨਹੀਂ ਤੂੰ ਮੀਂਹ ਕਾਰਨ ਉਹ ਵੱਡੀਆਂ ਨੀ ਆਉਂਦੀਆਂ ਮਰੂਦੀਆਂ ਨੇ ਉਹਨੇ ਵੀ ਹਮਨੇ ਅੰਦਰ ਦੇਖ ਲਿਆ ਅਭੀ ਚਲੇਂਗੇ ਬਾਹਰ ਕਿਉਂਕਿ ਬਾਹਰ ਵੀ ਕਾਰਵਾਈ ਕਰਨੀ ਹੁੰਦੀ ਹੈ ਦੇਖੋ ਪੂਰਾ ਆਪਕੋ ਦੇਵਤਿਆਂ ਕਾ ਰਿਚੁਅਲ ਦਿਖਾ ਰਹਾ ਹੂੰ ਕੈਸੇ ਕਿਆ ਕਿਆ ਹੋਤਾ ਹੈ ਇਸ ਚੀਜ਼ੋਂ ਮੇਂ ਬਹੁਤ ਸਕੂਨ ਮਿਲਤਾ ਹੈ ਦੇਵਤਾਂ ਕੋ ਖੁਸ਼ ਕਰਨਾ ਹੋਤਾ ਹੈ ਜੋ ਗਲਤੀਆਂ ਗੁਸਤਾਖੀਆਂ ਹੋਤੀ ਹੈ ਹਮਸੇ ਬੋਲ ਚੁੱਕ ਹੋ ਜਾਤੀ ਹੈ ਉਸਸੇ ਮਾਫੀਆਂ ਮੰਗਣੀਆਂ ਵੀ ਹੋਤੀ ਹੈ ਚਾਹੇ ਦੇਵਤੇ ਹਮਾਰੇ ਖੁਸ਼ ਰਹੇ ਮੰਮੀ ਇੱਧਰ ਰੱਖੋ ਥੋੜੀ ਇੱਧਰ ਰੱਖੋ ਸਾਹਮਣੇ ਆ ਗਏ ਦੇਵਤੇ ਆ ਗਏ ਨੇ ਕੋ ਦੇਖੋ ਕੋ ਵੀ ਆ ਗਏ ਹਮਾਰੇ ਇੱਧਰ ਰੱਖ ਦੋ ਨਾ ਆਪ ਇਹ ਖਾ ਲੈ ਚਲੋ ਭਾਈ ਸ਼ੋਪ ਸੇ ਆਨਾ ਕੰਮ ਕਰਕੇ ਔਰ ਅਭੀ ਤਾਂ ਬ੍ਰੇਕਫਾਸਟ ਨਹੀਂ ਕੀਆ ਚਲੋ ਅਭੀ ਕਰਤੇ ਹੈ ਆਪਕੇ ਸਾਥ ਅਭੀ ਦੇਖੋ ਆਪਕਾ ਭਾਈ ਆ ਗਿਆ ਸ਼ੋਪ ਪੇ ਮੈਨੇ ਬ੍ਰੇਕਫਾਸਟ ਵਗੈਰਾ ਕਰ ਲਈ ਥੀ ਔਰ ਸ਼ੋਪ ਪੇ ਤਬ ਸੇ ਕੰਮ ਲਗਾਊਂ ਕਸਟਮਰ ਆ ਗਏ ਥੇ ਇਸ ਲਈ ਮੈਂ ਜਲਦੀ ਆ ਗਿਆ ਪਰ ਘਰ ਵਾਲੇ ਸਾਰੇ ਗਏ ਕਹਾਂ ਬੈਂਕ ਮੇਂ ਕਿਉਂਕਿ ਉਹਨਾਂ ਨੇ ਅਕਾਊਂਟ ਵਗੈਰਾ ਓਪਨ ਕਰਵਾਉਣਾ ਥਾ ਪਿੰਟੂ ਕਾ ਵੀ ਉਹ ਸਾਰਾ ਸਿਸਟਮ ਹੋਤਾ ਆਪਕੋ ਪਤਾ ਡਾਕੂਮੈਂਟ ਵਗੈਰਾ ਗੋਰਾ ਪਾਪਾ ਸਾਰੇ ਗਏ ਹੋਏ ਹੈ ਤਾਂ ਚਲੋ ਉਹ ਵਾਲੀ ਵੀਡੀਓ ਸ਼ਾਇਦ ਸੇ ਵੋ ਅਲੱਗ ਸੇ ਆਏ ਆਪਕੋ ਤੋ ਆਜ ਕੀ ਵੀਡੀਓ ਮੈਂ ਇਧਰ ਹੀ ਐਂਡ ਕਰ ਰਿਹਾ ਤੋ ਕੈਸੀ ਲੱਗੀ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਬਤਾਏ ਤੋ ਮਿਲਤੇ ਹੈਂ ਆਪਸੇ ਨੈਕਸਟ ਵੀਡੀਓ ਮੇਂ ਤਬ ਤੱਕ ਕੇ ਲਈ ਬਾਏ ਬਾਏ ਦੋ ਵੀਡੀਓ ਡਾਲ ਰਹਾ ਹੂੰ ਇਸ ਲਈ ਬਾਈ ਕੋ ਸਪੋਰਟ ਕਰੋ ਪਿਆਰ ਦੋ ਸ਼ੇਅਰ ਕਰੋ ਜਿਤਨਾ ਹੋ ਸਕਤਾ ਹੈ ਔਰ ਅਗਰ ਅਭੀ ਤੱਕ ਵੀ ਚੈਨਲ ਕੋ ਸਬਸਕ੍ਰਾਈਬ ਨਹੀਂ ਕੀਆ ਤੋ ਯਾਰ ਜਲਦੀ ਸੇ ਕਰ ਲੋ ਤੋ ਬਾਏ ਬਾਏ ਐਂਡ ਲਵ ਯੂ ਆਲ।